ਅਸਲਾਮ ਵਾਲੇਕੁਮ ਵੇਲੀਓ, ਕੀ ਹਾਲ ਚਾਲ ਹੈ? ਖੈਰ ਖਰੀਦ ਨਾਲ ਹੈਗੀ, ਉਮੀਦ ਕਰਾਂਗਾ ਕਿ ਸਾਰੇ ਵੇਖਣ ਵਾਲੇ ਠੀਕ ਠਾਕ ਔਰ ਖਰੀਦ ਨਾਲ ਹੋਣਗੇ। ਦੋਸਤੋ, ਸਾਰਾ ਸਾਲ ਦੋਸਤਾਂ ਨੂੰ ਇੰਤਜ਼ਾਰ ਹੁੰਦਾ ਮੁਕਾਬਲਾ ਹੁਸਨ ਘੋੜੀਆਂ ਐਗਰੀਕਲਚਰ ਯੂਨੀਵਰਸਿਟੀ ਫੈਸਲਾਬਾਦ, ਅਤੇ ਜਨਾਬ ਅੱਜ ਉਹ ਖੁਸ਼ੀ ਦਾ ਦਿਨ ਆ ਗਿਆ। ਯਕੀਨਨ ਸਾਡੇ ਵਾਸਤੇ ਵੀ ਇੱਕ ਕ੍ਰੈਡਿਟ ਵਾਲਾ ਦਿਨ ਹੁੰਦਾ, ਦੋਸਤ ਅਹਿਬਾਬ ਮਿਲਦੇ ਹਨ, ਬੜੀ ਖੁਸ਼ੀ ਹੁੰਦੀ ਹੈ। ਔਰ ਇਸ ਦਫਾ ਮੁਕਾਬਲਾ ਹੁਸਨ ਘੋੜੀਆਂ IHB ਦੇ ਤਹਿਤ ਹੋ ਰਿਹਾ, ਔਰ ਬੜੇ ਅੱਛੇ ਅੱਛੇ ਬਰੀਡਰਸ ਘੋੜੀਆਂ ਲੈ ਕੇ ਆਏ ਨੇ, ਔਰ ਇਨਸ਼ਾਅੱਲਾ ਬੜਾ ਇੱਕ ਅੱਛਾ ਈਵੈਂਟ ਜਿਹੜਾ ਹੋਣ ਜਾ ਰਿਹਾ। ਸਬੀਰ ਹਸਨ ਖਾਨ ਵੀ ਸਾਡੇ ਨਾਲ ਮੌਜੂਦ ਨੇ। ਸਬੀਰ ਹਸਨ ਖਾਨ, ਈਵੈਂਟ ਨੂੰ ਕਿਵੇਂ ਮਿਲਦੇ ਪਏ ਹੋ ਤੁਸੀਂ? ਮੈਂ ਆਖਦਾ ਵੀ ਕਿਆ ਬਾਤ ਹੈ, ਔਰ ਜ਼ਬਰਦਸਤ ਹੈ। ਹਾਂਜੀ, ਅੱਛੀ ਜਿਹੜੀ ਗੱਲ ਹੈ ਨਾ ਉਹ ਇਹ ਕਿ ਲੋਕ ਘੋੜੀਆਂ ਆਪਣੀਆਂ ਲੈ ਕੇ ਆਏ ਨੇ, ਲੈ ਕੇ ਆਏ, ਔਰ ਲੋਕਾਂ ਟਰਸਟ ਕੀਤਾ ਇਸ ਬਾਡੀ ਤੇ। ਠੀਕ ਹੈ ਨਾ, ਹੁਣ ਅੱਗੇ ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਜਿਹੜਾ ਇਤਮਾਦ ਇਹਨਾਂ ਕੀਤਾ ਲੋਕਾਂ ਉਹਦੇ ਤੇ ਕਿਵੇਂ ਪੂਰਾ ਹੈ ਉਤਰਦੇ ਨੇ। ਇਹ ਹੁਣ ਇਹਨਾਂ ਤੇ ਬੜੀ ਵੱਡੀ ਜਿਹੜੀ ਇਹਨਾਂ ਜ਼ਿੰਮੇਵਾਰੀ ਆ ਗਈ ਹੈ। ਇਨਸ਼ਾਅੱਲਾ ਇਸ ਦਫਾ ਇਹ ਜ਼ਿੰਮੇਵਾਰੀ ਵੀ ਭਰਪੂਰ ਅੰਦਾਜ਼ ਨਾਲ ਇਹ ਚੁੱਕੀ ਜਾ ਸੀ, ਔਰ ਕਾਫੀ ਸਾਰੇ ਇਤਰਾਜ਼ਾਤ ਹੁੰਦੇ ਨੇ ਮੁਕਾਬਲਾ ਹੁਸਨ ਘੋੜੀਆਂ ਦੇ ਉੱਤੇ। ਹੋਪਫੁਲੀ ਇਸ ਦਫਾ ਜਿਹੜਾ ਨਾ, ਕਿਉਂਕਿ ਖਾਸ ਤੌਰ ਤੇ ਜੱਜਸ ਦੀ ਸਿਲੈਕਸ਼ਨ ਦਾ ਜਿਹੜਾ ਕ੍ਰਾਈਟੇਰੀਆ ਔਰ ਜਿਹੜੇ ਮਾਮਲਾਤ ਰਹੇ ਨੇ, ਉਹ ਜਿਤਨੇ ਸ਼ਫਾਫ ਤਰੀਕੇ ਨਾਲ ਜੱਜਸ ਦੀ ਸਿਲੈਕਸ਼ਨ ਕੀਤੀ ਗਈ ਹੈ, ਉਮੀਦ ਹੈ ਕਿ ਜਿਹੜੀਆਂ ਉਹ ਗੱਲਾਂ ਅੱਗੇ ਹੁੰਦੀਆਂ ਹਨ ਉਹ ਜਾਂ ਤਾਂ ਬਿਲਕੁਲ ਨਾ ਹੋਸਨ ਜਾਂ ਉਹਦੇ ਨਾਲੋਂ ਘੱਟ ਹੋਸਨ। ਠੀਕ ਹੈ, ਤੇ ਬਾਕੀ ਇਹ ਕਿ ਅੱਛੀ ਗੱਲ ਹੈ ਕਿ ਲੋਕ ਜਾਨਵਰ ਆਪਣੇ ਲੈ ਕੇ ਆਣ। ਵੇਖੋ ਨਾ ਯਾਰ ਕਿੱਡੇ ਸੋਹਣੇ ਸੋਹਣੇ ਸ਼ੌਕ ਸੀ ਰਿਵਾਜ਼, ਬਿਲਕੁਲ ਇਸ ਤਰ੍ਹਾਂ ਹੀ ਔਰ ਵੱਡੇ ਬਰੀਡਰਸ ਆਏ, ਵੱਡੇ ਬਰੀਡਰਸ। ਖੁਸ਼ੀ ਦੀ ਗੱਲ ਇਹ ਹੀ ਹੈ। ਵੇਖੋ ਨਾ ਜੀ, ਹੁਣ ਇਸ ਦਫਾ ਇਹ ਮੁਕਾਬਲਾ ਹੋਏਗਾ, ਯਕੀਨਨ ਉਮੀਦ ਕਰਾਂਗੇ ਕਿ ਅਗਲੇ ਇਵੈਂਟ ਦੇ ਉੱਤੇ ਪੂਰੇ ਪਾਕਿਸਤਾਨ ਦੇ ਵਿੱਚ ਘੋੜੀਆਂ। ਇਨਸ਼ਾਅੱਲਾ ਬਾਕੀ ਰਹਿਣਾ ਸਾਡੇ ਨਾਲ ਹੈ। ਅੱਜ ਦਾ ਇਵੈਂਟ ਬੜਾ ਖੂਬਸੂਰਤ ਹੋਣ ਵਾਲਾ, ਔਰ ਇਨਸ਼ਾਅੱਲਾ ਸਾਰੇ ਮਾਮਲਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹਾਂਜੀ ਦੋਸਤੋ, ਜੱਜਸ ਸਾਹਿਬਾਨ ਪੰਡਾਲ ਦੇ ਵਿੱਚ ਤਸ਼ਰੀਫ ਲਿਆ ਹੈ, ਔਰ ਭਾਈ ਮਲਿਕ ਸਿਕੰਦਰ ਟਿਵਾਣਾ ਸਾਹਿਬ ਵੈਲਕਮ ਕਰਦੇ ਪਏ। ਬੜਾ ਅੱਛਾ ਔਰਗਨਾਈਜ਼, ਵੈਲ ਔਰਗਨਾਈਜ਼ ਔਰ ਅੱਛਾ ਇਵੈਂਟ ਹੋਣ ਵਾਸਤੇ ਜਾ ਰਿਹਾ ਜੀ। ਅੱਜ ਦੋਸਤੋ, ਘੋੜੀਆਂ ਰਿੰਗ ਦੇ ਵਿੱਚ ਆਉਣੀਆਂ ਸਟਾਰਟ ਹੋ ਗਈਆਂ, ਔਰ ਤੁਹਾਨੂੰ ਵਿਖਾਉਂਦੇ ਹਾਂ ਜਿੰਨੀਆਂ ਆ ਗਈਆਂ ਉਹ ਤੁਹਾਨੂੰ ਵਿਖਾ ਦਿੰਦੇ ਹਾਂ। ਇੱਕ ਨੰਬਰ ਘੋੜੀ ਹੈ ਜੀ, ਮਾਸ਼ਾਅੱਲਾ, ਨਜ਼ਰ ਮਾਰੋ ਘੋੜੀ ਨੂੰ, ਮਾਸ਼ਾਅੱਲਾ। ਇਹ ਕਿਹੜੀ ਜਗ੍ਹਾ ਤੋਂ ਆਈ ਹੋਈ ਹੈ ਘੋੜੀ? ਸ਼ੇਖਪੁਰੇ ਜੀ। ਅੱਛਾ, ਇਹ ਦੋਵੇਂ ਇੱਕੋ ਕਰ ਦੀਆਂ ਘੋੜੀਆਂ? ਚਲੋ ਮਾਸ਼ਾਅੱਲਾ ਜੀ, ਮਾਸ਼ਾਅੱਲਾ, ਠੀਕ ਹੈ, ਸ਼ੁਕਰ, ਠੀਕ ਠਾਕ, ਤੁਸੀਂ ਸੁਣਾਓ? 3 ਨੰਬਰ ਘੋੜੀ, ਇਹ ਕਾਊਂਟਿੰਗ ਉਹ ਹੈ ਜਿਹੜੀ ਯੂਨੀਵਰਸਿਟੀ ਇੰਤਜ਼ਾਮੀਆ ਮੇਲੇ ਦੀ ਐਂਟਰੀ ਦੀ ਹੈ, ਬਾਕੀ ਫਸਟ ਸੈਕਿੰਡ ਦਾ ਮੁਕਾਬਲਾ ਤੇ ਜਨਾਬ ਉਹ ਇਨਸ਼ਾਅੱਲਾ ਸਟਾਰਟ ਹੋਣ ਲੱਗਿਆ, ਔਰ ਇਨਸ਼ਾਅੱਲਾ ਵਿਖਾਉਣ ਦਾ ਪਹਿਲੇ ਮਕਸਦ ਇਹ ਹੈ ਵੀ ਤਾਂ ਕਿ ਇੱਕ ਆਈਡੀਆ ਹੋ ਜਾਵੇ ਦੋਸਤਾਂ ਨੂੰ ਕਿ ਅੱਛਾ ਇਵੈਂਟ ਹੋਣਾ ਦਾ। ਜਨਾਬ ਚਿਸ਼ਤੀ ਸਾਹਿਬ, ਚਿਸ਼ਤੀ ਸਾਹਿਬ ਤੋਹਫਾ ਕੱਢ ਲਿਆਂਦਾ ਜੀ? ਅੱਛਾ, ਚਲੋ ਮਾਸ਼ਾ, ਅੱਛਾ, ਨਾਲ ਆਪਣੇ ਭਰਾ ਨੂੰ ਵੀ ਲੈ ਕੇ ਆਇਆ? ਅੱਛਾ ਜੀ, ਬਦਰ ਅਬਾਸ ਬੱਟੀ ਸਾਹਿਬ ਨੂੰ। ਅੱਛਾ, ਚਲੋ ਮਾਸ਼ਾਅੱਲਾ ਜੀ, ਬੜੀ ਗੱਲ ਹੈ, ਬੜੀ ਗੱਲ। ਈਵੈਂਟ ਸਟਾਰਟ ਹੋ ਗਿਆ, ਚੱਕਰ ਸ਼ੁਰੂ ਹੋ ਗਿਆ ਜੀ, ਚੱਕਰ ਸ਼ੁਰੂ ਹੋ ਗਿਆ, ਮਾਸ਼ਾਅੱਲਾ ਮਾਸ਼ਾਅੱਲਾ। 7 ਨੰਬਰ ਗੋਲੀ, ਮਾਸ਼ਾਅੱਲਾ,
8 ਨੰਬਰ ਘੋੜੀ, 9 ਨੰਬਰ ਘੋੜੀ, 10 ਨੰਬਰ, 11, 12 ਨੰਬਰ। ਹਾਂਜੀ, ਕੀ ਹਾਲ? ਠੀਕ ਹੋ? ਕਰੀਅਰ ਨਾਲ ਹੋ? ਕਿਹੜੀ ਗੋੜੀ ਦਾ ਬੱਚਾ? ਕਿੰਨੇ ਨੰਬਰ ਵਾਲੀ ਦਾ? 13 ਨੰਬਰ ਵਾਲੀ। 13 ਵਾਲੀ ਕਿੱਥੇ ਗਈ? 17, 15, 10, 11। ਅੱਛਾ, ਇਹ ਉਹਦਾ ਬੱਚਾ। ਬੜਾ ਜੀ ਜ਼ੀਰਤਮੰਦਾਨਾ ਫੈਸਲਾ ਮੈਦਾਨ ਦੇ ਵਿੱਚ ਐਂਟਰੀ ਦਾ। ਜਨਾਬ ਕੀ ਹਾਲ ਨੇ? ਜਨਾਬ ਠੀਕ ਹੋ? ਖਰੀਅਤ ਨਾਲ ਹੋ? ਮਾਸ਼ਾਅੱਲਾ ਜੀ। ਮੀਆਂ ਸਾਹਿਬ, ਮੀਆਂ ਸਾਹਿਬ ਕੀ ਹਾਲ ਨੇ ਜਨਾਬ? ਮੀਆਂ ਸਾਹਿਬ ਬੜੀ ਗੱਲ ਹੈ ਜਨਾਬ, ਬੜੀ ਗੱਲ ਹੈ। ਹਾਂਜੀ, ਇਹ ਨਹੀਂ ਜੀ, ਨਹੀਂ ਜੀ, ਇਹਨਾਂ ਦਾ ਕੋਈ ਨਹੀਂ ਤਾਂ। ਮਾਸ਼ਾਅੱਲਾ, 25 ਨੰਬਰ ਘੋੜੀ ਹੈ ਸਾਡੀ, ਆਪਣੀ ਘੋੜੀ ਹੈ। ਜ਼ੀਰਾ ਕਾ ਪਟੋਲ ਦਾ ਬੰਦੋਬਸਤ ਕੀਤਾ ਹੋਇਆ ਇਨਸ਼ਾਅੱਲਾ, ਯਾਦ ਰੱਖੀ। 26 ਨੰਬਰ ਘੋੜੀ। ਮਾਸ਼ਾਅੱਲਾ, 28 ਨੰਬਰ। ਹਮੇਸ਼ਾ ਤੋਂ ਨਾ ਜੀ ਨਾਂ ਸੁਣੀਦਾ ਹੁੰਦਾ ਸੀ ਲਾਲੇ ਕੇ। ਹਾਂਜੀ ਹਾਂਜੀ, ਤੇ ਲਾਲੇ ਕੇ ਦੀਆਂ ਗੋੜੀਆਂ। ਹਾਂਜੀ ਹਾਂਜੀ, ਤੇ ਅੱਜ ਵਹਿੰਦੇ ਵੀ ਪਏ ਆ ਮਾਸ਼ਾਅੱਲਾ, ਗੋੜੀਆਂ ਵੀ ਚੰਗੀਆਂ ਨੇ। ਹਾਂਜੀ, ਤੇ ਇਨਸ਼ਾਅੱਲਾ ਦੋਸਤਾਂ ਨੂੰ ਜਲਦੀ ਉਹਨਾਂ ਦਾ ਸ਼ੌਕ ਵੀ ਵਿਖਾਉਂਦੇ ਆ। ਸੁਣ, ਤੂੰ ਇਸ ਸਾਈਡ ਤੇ ਹੋਵੇਂ ਥੋੜਾ ਜਿਹਾ, ਗੋੜੀ ਦੇਖ ਰਹੀ ਇਹ ਇੱਥੇ। ਬਸ 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 ਬਸ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਮਾਸ਼ਾਅੱਲਾ, ਪੰਜ 6 ਗੋੜੀਆਂ ਨੇ ਇਹਨਾਂ ਕੋਲ। ਮਾਸ਼ਾਅੱਲਾ, 6 ਗੋੜੀਆਂ ਜੀ, ਕਾਲੀ ਗੋੜੀ ਤਾਂ।
ਯਾਸਰ ਕਿਤਨੀਆਂ ਗੋੜੀਆਂ ਇੰਟਰ ਹੋਈਆਂ? 60 ਦੇ ਰਾਉਂਡ। ਬੜੀ ਗੋੜੀ ਹੈ, ਬੜੀ ਗੋੜੀ ਹੈ। 16-17 ਤੋਂ ਫਿਗਰ ਯਕਦਮ 60 ਤੇ ਚਲੀ ਗਈ ਹੈ। ਹਾਂਜੀ, ਮਾਸ਼ਾ ਜਨਾਬ ਜਨਾਬ ਕੀ ਹਾਲ ਨੇ? ਠੀਕ ਹੋ? ਬੜਾ ਉੱਚਾ ਮਨਸਬ ਹੈ ਜਨਾਬ ਦਾ ਇੱਥੇ ਇਸ ਇਵੈਂਟ ਦੇ ਵਿੱਚ। ਥੋੜੇ ਜਿਹੇ ਅਲਫਾਜ਼ ਦੇ ਵਿੱਚ ਜ਼ਰਾ ਸਾਨੂੰ ਇਹਦੀ ਡੈਫੀਨੇਸ਼ਨ ਕਰ ਦਿਓ, ਮੁਕਾਬਲੇ ਦੀ। ਇਹ ਕਿਵੇਂ ਹੋ ਚੁੱਕਾ ਪਿਛਲੇ ਸਾਲਾਂ ਦੀ ਨਿਸਬਤ, ਔਰ ਅੱਗੇ ਨੂੰ ਕਿਵੇਂ ਵਿੰਦੇ ਪਏ ਹੋ ਜਨਾਬ? ਪੀਰ ਸਾਹਿਬ ਜੀ, ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਲਹਮਦੁਲਿਲਾ ਜੀ, ਅੱਲਾ ਦੇ ਫਜ਼ਲ ਨਾਲ ਜਿਹੜਾ ਸਾਡਾ ਦੇਸੀ ਗੋੜਿਆਂ ਦੇ ਵਿੱਚ ਹੈ ਨਾ ਜੀ, IHP ਵਾਲਿਆਂ ਨੇ ਬਹੁਤ ਬੜਾ ਵੱਡਾ ਕਦਮ ਚੁੱਕਿਆ ਜੀ ਇਸ ਦੇ ਵਿੱਚ। ਪਿਛਲੇ ਸਾਲ ਨਾਲੋਂ, ਉਸ ਤੋਂ ਪਿਛਲੇ ਸਾਲ ਨਾਲੋਂ ਇਸ ਸਾਲ ਗੋੜੀਆਂ ਵੀ ਜ਼ਿਆਦਾ ਐਂਟਰ ਹੋਈਆਂ ਨੇ। ਬਿਲਕੁਲ ਜੀ, 20 ਇੱਕ ਗੋੜੀਆਂ ਦੀ ਫਿਗਰ ਹੁੰਦੀ ਹੈ ਲਾਸਟ ਈਅਰ, ਦੋ ਤਿੰਨ ਗੋੜੀਆਂ ਵੀ ਜ਼ਿਆਦਾ ਐਂਟਰ ਹੋਈਆਂ। ਅਤੇ ਮੇਰੀ ਸੋਚ ਦੇ ਮੁਤਾਬਿਕ ਤਾਂ ਨਾ ਜੀ, ਕਿ ਜਿਹੜਾ ਇਹ ਕਦਮ ਇਹਨਾਂ ਨੇ ਚੁੱਕਿਆ ਹੈ ਨਾ ਜੀ ਜੀ, ਇਸ ਦੇ ਵਿੱਚ ਇਹ ਕਿ ਪਾਕਿਸਤਾਨ ਨੂੰ ਕਮ ਅਜ਼ ਕਮ ਅੱਛੇ ਗੋੜੇ ਮਿਲੇ ਜੀ। ਹਾਂ ਬਿਲਕੁਲ, ਹਰ ਬੰਦਾ ਕੋਸ਼ਿਸ਼ ਕਰੇਗਾ ਕਿ ਮੈਂ ਉਸ ਕੰਪੀਟੀਸ਼ਨ ਨੂੰ ਬੀਟ ਕਰਾਂ, ਬੀਟ ਕਰਾਂ ਬਿਲਕੁਲ। ਔਰ ਉਸ ਵਾਸਤੇ ਸਾਰੇ ਲੋਕ ਐਫਰਟ ਕਰਨਗੇ ਕਿ ਅੱਛੇ ਤੋਂ ਅੱਛੇ ਜਾਨਵਰ ਪੈਦਾ ਕਰੇ। ਮਜ਼ੀਦ ਇਹੋ ਜਿਹਾ ਇਵੈਂਟ ਹੋਣੇ ਚਾਹੀਦੇ ਨੇ, ਕੀ ਮਸ਼ਵਰਾ ਦਿਓਗੇ ਲੋਕਾਂ ਨੂੰ? ਇਹਦੇ ਉੱਤੇ ਕੋਈ ਵਰਕ ਵੀ ਹੋ ਰਿਹਾ, ਕੀ ਕਰਦੇ ਪਏ? ਕੋਸ਼ਿਸ਼ ਕਰ ਰਹੇ ਹਾਂ ਜੀ, ਔਰ IHP ਵਾਲੇ ਵੀ ਕੋਸ਼ਿਸ਼ ਕਰ ਰਹੇ ਨੇ ਜੀ ਜੀ। ਔਰ ਸਭ ਤੋਂ ਪਹਿਲੇ ਦੇਸ਼ ਦੇ ਵਿੱਚ ਪਹਿਲੇ ਇਸ ਤਰ੍ਹਾਂ ਆਉਂਦਾ ਹੈ ਕਿ ਕੁਛ ਜ਼ਿਲ੍ਹਿਆਂ ਦੇ ਵਿੱਚ ਕੁਛ ਸਿਫਾਰਸ਼ੀ ਗੋੜੀਆਂ ਗੋੜੇ ਵੀ ਹੋ ਜਾਂਦੇ ਸਨ, ਲੇਕਿਨ ਹੁਣ ਅਲਹਮਦੁਲਿਲਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੂੰ ਨਾ ਬੜਾ ਡੀਪਲੀ ਵੇਖ ਕੇ ਅਤੇ ਇਸ ਦਾ ਜਿਹੜਾ ਨਾ ਉਹ ਫਸਟ ਸੈਕਿੰਡ ਥਰਡ ਬੜੇ ਅਨੈਸਟੀ ਤੌਰ 'ਤੇ ਜਿਹੜੇ ਇਸ ਕਾਬਿਲ ਹੋਣ ਕਿ ਉਹਨਾਂ ਨੂੰ ਕਾਬਿਲ ਬਿਲਕੁਲ। ਅਤੇ ਦੂਸਰਾ ਇਹ ਹੋਣੇ ਚਾਹੀਦੇ ਕਿ ਡਿਵੀਜ਼ਨ ਲੈਵਲ 'ਤੇ ਹੋਣੀ ਚਾਹੀਦੀ ਹੈ, ਪਹਿਲੇ ਪਹਿਲੇ ਜ਼ਿਲ੍ਹੇ ਲੈਵਲ 'ਤੇ ਹੋਣੀ ਚਾਹੀਦੀ ਹੈ, ਫਿਰ ਡਿਵੀਜ਼ਨ ਲੈਵਲ 'ਤੇ ਹੋਣੀ ਚਾਹੀਦੀ ਹੈ, ਫਿਰ ਪੰਜਾਬ ਲੈਵਲ 'ਤੇ, ਫਿਰ ਪਾਕਿਸਤਾਨ ਲੈਵਲ 'ਤੇ, ਤਾਂ ਕਿ ਕਰੀਮ ਨਿਕਲ ਕੇ ਕਰੀਮ ਨਿਕਲ ਕੇ ਆਵੇ ਬਿਲਕੁਲ। ਥੈਂਕ ਯੂ ਜੀ, ਸ਼ੁਕਰੀਆ। ਮਾਸ਼ਾਅੱਲਾ ਜੀ, 40 ਨੰਬਰ ਗੋੜੀ 41। ਇਹ ਪੂਰੀ ਸਾਹਿਬ ਦੀਆਂ ਗੋੜੀਆਂ ਨੇ ਨਾ ਜੀ? ਹਾਂ, ਕਿਤਨੀਆਂ ਗੋੜੀਆਂ ਦੀਆਂ? 8 ਗੋੜੀਆਂ। ਮਾਸ਼ਾ ਠੀਕ ਹੈ, ਮੈਂ ਫਿਰ ਰਿਕੁਐਸਟ ਕਰੂੰਗਾ ਹੁਕਮ ਫਰਮਾਇਆ ਕੋਈ ਤਸਵੀਰ ਬਣਾਉਣ ਵਾਲਾ ਕੋਈ ਇੱਕ ਘੋੜੀ ਕੇ ਸਾਥ ਇੱਕ ਪਤਾ ਹੋਗਾ ਫਰਾਕੀ ਬੋਲਦੇ ਇਸੀ ਤਰ੍ਹਾਂ ਬੰਦੇ ਲੜਕੇ ਆਪਕੋ ਗਾਈਡ ਕਰਦੇ ਹੈ ਇਸਕੋ ਰਿੰਗ ਮੇ ਪੀਛੇ ਚਲਾਉਣੇ ਰਹਿੰਦੇ ਹੈ ਮਿਹਰਬਾਨੀ, ਸ਼ੁਕਰੀਆ।
ਕਿਹੜੀ ਜਗ੍ਹਾ ਤੋਂ ਜਨਾਬ ਤਸ਼ਰੀਫ ਲੈ ਕੇ? ਮਹਿਮਦਪੁਰ ਸਾਹਿਵਾਲ। ਅੱਛਾ ਸਾਹਿਵਾਲ, ਬਿਹਤਰ। ਹਾਂਜੀ ਮਾਸ਼ਾਅੱਲਾ 52 ਘੋੜੀਆਂ ਦੀ ਐਂਟਰੀ ਹੋ ਗਈ ਹੈ, ਜਿਹੜੀ ਫਿਗਰ ਪਹਿਲੇ 20 ਘੋੜੀਆਂ ਦੀ ਹੁੰਦੀ ਹੈ, 52 30 ਘੋੜੀਆਂ ਐਕਸਟਰਾ ਹੋ ਗਈਆਂ। ਇਮਰਾਨ ਭਾਈ ਅਸਲਾਮ ਅਲੈਕੁਮ ਜਨਾਬ, ਕੀ ਹਾਲ ਨੇ? ਠੀਕ ਹੋ? ਖਰੀਅਤ ਨਾਲ ਹੋ? ਮੁਕਾਬਲਾ ਕਿਵੇਂ ਵੇਂਦੇ ਪਏ ਹੋ? ਮੁਕਾਬਲਾ ਬਹੁਤ ਅੱਛਾ ਹੋ ਰਿਹਾ ਜੀ। ਅੱਛਾ, ਸਾਡੀ ਤਵੱਕੋ ਤੋਂ ਜ਼ਿਆਦਾ ਉਹ ਲੋਕ ਵੀ ਮੁਕਾਬਲੇ ਜਾਏ ਜਿਹੜੇ ਸੋਚ ਰਹੇ ਸੀ ਵੀ ਕਦੀ ਵੀ ਨਹੀਂ ਆਉਂਦੇ। ਕਦੀ ਵੀ ਨਹੀਂ? ਉਹਨਾਂ ਮਿਹਰਬਾਨੀ ਕੀਤੀ, IHB ਨੂੰ ਟਾਈਮ ਦਿੱਤਾ ਤੇ ਔਰ ਘੋੜੀਆਂ ਲੈ ਗਿਆ। ਇਨਸ਼ਾਅੱਲਾ ਜਜਮੈਂਟ ਵੀ ਬਹੁਤ ਅੱਛੀ ਹੋਏਗੀ ਔਰ ਘੋੜੀਆਂ ਵੀ ਬਹੁਤ ਅੱਛੀਆਂ ਨੇ। ਚਲੋ ਮਜ਼ਾ ਆਏਗਾ ਇਨਸ਼ਾਅੱਲਾ। ਇੱਧਰ ਲਿਆਓ। ਫਿਗਰ ਜਿਹੜੀ ਉਹ 17 ਘੋੜੀਆਂ ਤੋਂ 51-52 ਤੱਕ ਚਲੀ ਗਈ। ਹਾਂਜੀ, ਹਲੇ ਇਹਦੇ ਪਿੱਛੇ ਲੌਜਿਕ ਇਹ ਕਿ ਰਾਸਤੇ ਬੰਦ ਹੈ, ਬਹੁਤ ਸਾਰੇ ਲੋਕ ਪਿੱਛੇ ਫਸੇ ਹੋਏ ਆ, ਘੋੜੀਆਂ ਲੈ ਕੇ ਨਹੀਂ ਆ ਸਕੇ। ਨਹੀਂ ਤੇ ਸਾਡੀ ਫਿਗਰ ਦੇ ਮੁਤਾਬਕ ਘੋੜੀਆਂ 100 ਤੋਂ ਉੱਪਰ ਜਾ ਰਹੀਆਂ। ਮਾਸ਼ਾਅੱਲਾ, ਲੇਕਿਨ ਫਿਰ ਵੀ ਅੱਛਾ ਹੋਇਆ। 100 ਘੋੜੀ ਆ ਗਈ, ਇਨਸ਼ਾਅੱਲਾ 100 ਆ ਗਈ ਹੈ ਔਰ ਅਗਲਾ ਇਵੈਂਟ ਵੀ ਅੱਛਾ ਹੋਏਗਾ। ਅੱਛਾ ਹੋਏਗਾ ਇਨਸ਼ਾਅੱਲਾ। ਤੇ ਇਹੋ ਜਿਹੇ ਇਵੈਂਟ ਹੋਰ ਹੋਣੇ ਚਾਹੀਦੇ ਨੇ? ਬਿਲਕੁਲ, ਇਹੋ ਜਿਹੇ ਇਵੈਂਟ ਹੋਣੇ ਚਾਹੀਦੇ। IHB ਨੇ ਬਹੁਤ ਵੱਡਾ ਕਦਮ ਚੁੱਕਿਆ, ਉਹਨੇ ਇਹ ਸਾਰੇ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਹਾਂਜੀ, ਤੇ ਅੱਲਾ ਪਾਕ ਸਾਰੇ ਭਾਈਆਂ, ਇਹ ਸਾਰੇ ਮੁਲਕ ਦੀ, ਪਾਕਿਸਤਾਨ ਦੀ IHB ਹੈ। ਇਹਦੇ ਵਿੱਚ ਕੋਈ ਅਮੀਰ ਗਰੀਬ ਕੋਈ ਫਰਕ ਨਹੀਂ ਹੈ, ਹਰ ਬੰਦਾ ਪਾਰਟਿਸਪੇਟ ਕਰੇਗਾ। ਖੁੱਲੀ ਇਜਾਜ਼ਤ ਹੈ ਸਾਰਿਆਂ ਨੂੰ, ਸਾਡੇ ਵਾਸਤੇ ਹਰ ਬੰਦਾ ਸਿਰ ਦਾ ਤਾਜ, ਜਿਹੜਾ ਆਵੇ ਉਹ ਮੋਤਬਰ ਹੈ, ਉਹਦੀ ਇੱਜ਼ਤ। ਹਾਂਜੀ ਦੋਸਤੋ, ਮੁਕਾਬਲਾ ਹੁਸਨ ਘੋੜੀਆਂ ਸਟਾਰਟ ਔਰ ਘੋੜੀਆਂ ਰਿੰਗ ਦੇ ਵਿੱਚ ਫਿਰਨੀਆਂ ਸ਼ੁਰੂ ਹੋ ਗਈਆਂ। ਰਿੰਗ ਸੇ ਬਾਹਰ, ਯਾਨੀ ਬਾਹਰ ਲੈ ਜਾਏਗਾ 15। ਅੱਛਾ ਦੋਸਤੋ, ਗੱਲ ਇਹ ਹੈ ਵੀ ਇਹਨਾਂ ਦੇ ਉੱਤੇ ਟੈਗ ਲੱਗੇ ਆ, ਘੋੜੀ ਨੰਬਰ ਵੀ ਮੈਨਸ਼ਨ ਕੀਤਾ ਹੋਇਆ। ਠੀਕ ਹੈ ਜੀ, ਦੋਸਤ ਕਮੈਂਟਸ ਦੇ ਵਿੱਚ ਵੀ ਰਾਏ ਦੇ ਸਕਦੇ ਨੇ ਆਪਣੀ, ਯਕੀਨਨ ਅੱਛਾ ਇੱਕ ਆਈਡੀਆ ਹੋ ਜਾਂਦਾ ਬੰਦੇ ਨੂੰ। ਬਹੁਤ ਵੱਡੀ ਜ਼ਿੰਮੇਵਾਰੀ ਜਦੋਂ ਸਬਾਨ ਮਾਸ਼ਾਅੱਲਾ। ਅਭੀ ਕੀ ਪੈਂਦਾ ਪਿਆ? ਪਹਿਦਾ ਪਿਆ ਯਾਰ, ਇੱਕ ਅੱਛਾ ਹੈਲਦੀ ਕੰਪੀਟੀਸ਼ਨ ਹੁੰਦਾ ਪਿਆ, ਮਜ਼ਾ ਆ ਰਿਹਾ। ਅੱਛਾ ਹਾਂ, ਔਰ ਹਾਂਜੀ ਭਾਈ ਗਜ਼ਨਫਰ। ਹਾਂਜੀ ਭਾਈ ਜੀ, ਭਾਈ ਗਜ਼ਨਫਰ ਸੁਣਾਓ। ਬਹੁਤ ਅੱਛਾ ਇਵੈਂਟ ਹੋ ਰਿਹਾ ਜੀ, ਬਹੁਤ ਅੱਛੀ ਨਾ ਲਾਸੇ ਪਿੱਛੇ ਕਿਵੇਂ ਫੇਸਬੁੱਕ ਤੇ ਜਿਵੇਂ ਲਾਈਏ ਪਿੱਛੇ ਨਹੀਂ ਲਾਸਾਂ ਜੀ, ਤੇ ਬੜਾ ਅੱਛਾ ਇਵੈਂਟ ਹੋ ਰਿਹਾ। ਹਾਲੀ ਅਜੇ ਜਿਹੜੀ ਇਵੈਂਟ ਕਮੀ ਰਹਿ ਗਈ ਉਹ ਐਤਜਾਜ ਧਰਨਿਆਂ ਦੀ ਵਜ੍ਹਾ ਤੋਂ ਗੋੜੀਆਂ ਸ਼ਿਰਕਤ ਨਹੀਂ ਕਰ ਸਕੀਆਂ। ਸਾਡੇ ਜੇਲਮ ਪਿੰਡੀ ਅਟਕਲ ਦੋਸਤ ਜਿਹੜੇ ਦੋਸਤ ਨੇ ਨਾ, ਉਹਨਾਂ ਦੀਆਂ ਕਾਫੀ ਗੋੜੀਆਂ ਆਣੀਆਂ ਸੀ, ਉਹਨੇ ਲੇਕਿਨ ਇਹਨੂੰ ਇੱਕ ਕਾਮਯਾਬ ਇਵੈਂਟ ਆਖਿਆ ਜਾ ਸਕਦਾ ਹੈ। ਮਤਲਬ ਕਿ ਫਿਗਰ ਜਿਹੜੀ ਹੁੰਦੀ ਹੈ 17, ਸਾਡੇ ਸਾਹਮਣੇ ਇੱਕ ਅੱਛੀ 17 18 ਗੋੜੀਆਂ ਤੋਂ 51-52 ਤੱਕ ਫਿਗਰ ਚਲੀ ਗਈ ਹੈ ਜੀ। ਭਜਨ ਸੈਕਿੰਡ ਲਈ ਬਹੁਤ ਅੱਛੀ ਅੱਛੀਆਂ ਗੋੜੀਆਂ ਆਈਆਂ ਨੇ, ਜਜਿੰਗ ਬੜੀ ਮੁਸ਼ਕਿਲ ਹੋ ਸੀ, ਬੜੀ ਅੱਛੇ ਅੱਛੇ ਸ਼ੌਕ ਵੇਖਣ ਨੂੰ ਲੱਭਦਾ ਪਿਆ। ਮਾਸ਼ਾਅੱਲਾ ਜੀ, 9 ਨੰਬਰ ਘੋੜੀ ਭਾਈ ਗਦਰ ਕਰਦੀ ਹੈ। ਪਾਰਟਿਸਪੇਸ਼ਨ ਹੈ? ਹਾਂ ਜੀ ਪਾਰਟਿਸਪੇਸ਼ਨ ਹੈ। ਇਹ ਸਾਰੇ ਲੋਕ ਪਿੱਛੇ ਚਲੇ ਜਾਏ, ਇਹ ਮੇਰੇ ਸਾਹਮਣੇ ਖੜੇ, ਇਹ ਮੇਰੇ ਭਾਈ, ਆਪ ਇਹ ਸਾਰੇ ਪਿੱਛੇ ਚਲੇ ਜਾਏ। ਉਰਲੇ ਸਿਰੇ ਤੇ ਰੱਖ ਯਾਰ, ਉਰਲੇ
साथ में घोड़ी के सिर्फ एक बंदा होगा सर, ये बॉर्डर वाले पास सिर्फ देखे घोड़ियों के माल का यहाँ कोई डांस कंपटीशन के कोई नंबर नहीं, चाल के कोई नंबर नहीं, आपने घोड़ी को कदम कदम चलाना है। जजेस हमारे माशाल्लाह विजेता नहीं है, वो हर चीज देख रहे हैं, जो उन्होंने देखना है वो देख लेना, इसलिए चाल वगैरह करने की जरूरत नहीं है, सिर्फ कदम कदम घोड़ी चले, हर चीज खुद जज कर लेंगे। हेलो घोड़ी गड्डी नौकरी थोड़ी है बच्चे वाली भाई जमान की हाल है, सुनाओ लेट अपने बस आ गया थोड़े नाल ही। अच्छा हां की मुकाबला ਕਿਵੇਂ ਵੰਦੇ ਪਿਆ? ਚੰਗਾ ਮੁਕਾਬਲਾ ਜੀ, ਚੰਗਾ ਮਾਸ਼ਾਅੱਲਾ। ਅੱਛਾ ਹਾਂਜੀ, ਅੱਗੇ ਨਾਲੋਂ ਅਗਲੇ ਸਾਲ ਨਾਲੋਂ ਮੁਕਾਬਲਾ ਇਤਕੀ ਢੇਰ ਚੰਗਾ ਹੈ, ਢੇਰ ਚੰਗਾ, ਗੋੜੀਆਂ ਚੰਗੀਆਂ ਉਤਲੇ ਲੈਵਲ ਦੇ ਸ਼ੁਕੀਨ ਬਾਈ ਲਿਆਏ ਨੇ ਜੀ। ਹਾਂ ਬੜੀ ਗੱਲ, ਇਹਨੂੰ ਵੀ ਬੜੇ ਉਤਲੇ ਲੈਵਲ, ਹਾਂਜੀ ਸ਼ੁਕੀਨ ਵੀ ਬੜੇ ਉਤਲੇ ਲੈਵਲ ਦੇ ਭਾਈ, ਉਹਨਾਂ ਫਿਰ ਐਵੇਂ ਗੱਲ ਮਹਿਸੂਸ ਇਹ ਹੁੰਦਾ ਤੁਹਾਡੇ ਹੁਣ ਨੰਬਰ ਉੱਤੇ ਕਾਊਂਟ ਹੋ ਗਿਆ ਚਾਲ ਦੇ, ਫਿਰ ਹੁਣ ਇੱਕ ਇੱਕ ਕਰਕੇ ਗੋੜੀ ਆਏਗੀ ਤੋਂ ਸਾਰੇ ਨੰਬਰ ਹਾਂਜੀ। 32 ਨੰਬਰ ਸਟਾਰਟ ਹੋ ਗਈ ਜੀ, 32 ਤੋਂ ਹੁਣ ਵੇਖੋ ਕਿਸੇ ਨੂੰ ਨੰਬਰ ਲੱਗ ਜਾਂਦੀ ਹੈ, 33 34 ਮਾਸ਼ਾਅੱਲਾ ਭਾਈ ਗਜ਼ਨਫਰ, ਕਾਦ ਰੰਗ ਜਿਹੜਾ ਨਾ ਗੱਲ ਤੋਂ ਤੇਰੇ ਵਾਲੀ ਠੀਕ ਹੈ, ਮੈਟਰ ਨਹੀਂ ਕਰਦਾ ਹੈ ਹੁਣ ਭਾਈ, ਇੱਥੇ ਕੁਮੈਤ ਗੋੜੀਆਂ ਵਧੀਆਂ, ਹਾਂਜੀ ਨੌਕਰੀਆਂ ਵਧੀਆਂ, ਉਹਨਾਂ ਨੂੰ ਵੇਦਾ ਕੋਈ ਨਹੀਂ, ਵੇਦਾ ਕੁਮੈਤ ਵਧੀਆਂ ਨੂੰ ਉਹਨਾਂ ਦੁਨੀਆ ਵੇਖ ਕੇ ਨੂਰ ਗੋੜੀਏ ਜਾਣਾ ਚਾਹੀਦਾ, ਹਾਂਜੀ ਬਸ ਆਪ ਇਧਰ ਹੀ ਰੁਕੇ ਜੀ, ਇਧਰ ਹੀ ਰੁਕੇ, ਬਸ ਠੀਕ ਹੋ ਗਈ, ਠੀਕ ਹੋ ਗਈ, ਬਾਕੀ ਚਲਾਤੇ ਰਹੇ, ਚਲਾਤੇ ਰਹੇ ਸੇ ਭਾਈ, 32 ਨੰਬਰ ਸੇ ਚਲਾਤੇ ਰਹੇ ਬੇਟਾ, ਉਧਰ ਹੀ ਉਧਰ ਹੀ 46 ਉਧਰ ਹੀ ਪਿੱਛੇ ਪਿੱਛੇ, ਇਧਰ ਹੀ ਰੁਕੇ, ਇਧਰ ਹੀ ਸਪੀਕਰ ਕੇ ਪਾਸ ਪਾਸ ਇਧਰ ਰੁਕ ਜਾਏ, ਮਹਿਮਾਨੋ ਕੋ ਵੀ ਦੇਖੋ, ਇਧਰ ਥੋੜਾ ਸਾ ਪਿੱਛੇ ਕਰ ਲੈ, ਬਸ ਆਪ ਹੀ ਪਿੱਛੇ ਕਰ ਲੈ ਭਾਈ, 47 ਨੰਬਰ ਵਾਲਾ ਵੀ ਪਿੱਛੇ, ਮਾਸ਼ਾਅੱਲਾ ਜੀ ਬੜਾ ਕਾਮਯਾਬ ਇਵੈਂਟ, ਚਲਾਤੇ ਰਹੇ ਬੜੇ ਦਾਇਰੇ ਮੇ, ਦਾਇਰਾ ਕੋ ਬੜਾ ਕਰ ਲੈ,
ਔਰ ਚਲਾਤੇ ਬਿਲਕੁਲ ਸਾਥ ਸਾਥ ਚਲੇ ਜੀ ਤਾਂ ਕਿ ਦਾਇਰਾ ਬੜਾ ਹੋ ਔਰ ਆਸਾਨੀ ਸੇ ਚਲਾ ਜਾ ਸਕੇ। ਸਰੀ ਅੱਲਾ ਸੁਲਤਾਨ ਵੀ ਆਪਣਾ ਇੰਟਰਵਿਊ ਕਰ ਰਿਹਾ ਜੀ। ਦੋਸਤੋ ਲਾਸਟ ਟਰਨ ਚੱਲੀ ਹੋਈ ਹੈ ਜੀ, ਪੀਤਾ ਹੈ ਮੇਰੇ ਕੋਲ। ਤੂੰ ਲਾਈ ਰਹਿੰਦੇ ਨਹੀਂ ਨਹੀਂ ਪੀਤਾ ਤਾਂ ਤੋਦਾ ਕਦੋਂ ਆਨੇ ਨੇ ਐਸਾ ਵਾਰ ਰੱਖੀ। ਪੀਤਾ ਹੈ ਮੇਰੇ ਕੋਲ, ਚਾਹੀਦਾ ਤਾਂ ਦੱਸੋ। ਅੱਛਾ ਚਾਹੀਦਾ ਨਹੀਂ, ਚਲ ਲੂਣਾ ਸਾਹਿਬ ਮੋੜਾ ਖੜਾ ਵੀ ਬਚ ਗਿਆ ਜੇ ਪੀਤੇ ਦੇ ਸਾਰੇ ਜਣੇ। ਉਹ ਮੇਰੇ ਜਾਂ ਅਭੀ ਹਾਂ ਜੀ ਦੋਸਤੋ, ਜੱਜ ਸਾਹਿਬ ਦਾ ਇਹ ਗੋਲੀਆਂ ਦਾ ਮੈਂ ਟੈਗ ਨੰਬਰ ਅਨਾਉਂਸ ਕਰੂੰਗਾ, ਉਹ ਫਿਰ ਦੁਬਾਰਾ ਰਿੰਗ ਮੇ ਲੈ ਕੇ ਆਏਗੇ। ਬਾਕੀ ਸਾਰੇ ਸਾਹਿਬ ਸਾਰੇ ਦੋਸਤੋਂ ਕੋ ਰਿਕੁਐਸਟ ਹੈ ਕਿ ਗੋਲੀ ਕੋਈ ਨਹੀਂ ਵਾਪਸ ਨਾ ਭੇਜੋ। 3 5 6 8 9 11 20 21 ਦੂਸਰਾ ਸੈਸ਼ਨ ਜਿਹੜਾ ਨਾ ਜੋ ਸ਼ੁਰੂ ਹੋ ਚੁੱਕਾ। ਮਾਸ਼ਾਅੱਲਾ ਚਿਸ਼ਤੇ ਗੁੱਜਰ ਦੀ ਗੋੜੀ ਦੂਸਰੇ ਸੈਸ਼ਨ ਦੇ ਵਿੱਚ ਸਭ ਤੋਂ ਪਹਿਲੇ। ਮਾਸ਼ਾਅੱਲਾ ਜੀ, ਟੈਂਟੋ ਕੇ ਨੀਚੇ ਨੌਕਰੀ ਕਾ ਕਿਆ ਨੰਬਰ ਹੈ ਜੀ? 9 ਨੰਬਰ ਹੈ ਜੀ। ਦੂਸਰਾ ਰਾਊਂਡ ਸ਼ੁਰੂ ਔਰ ਘੋੜੀਆਂ ਰਿੰਗ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ। ਪਹਿਲੇ ਰਾਊਂਡ ਦੀਆਂ ਸਿਲੈਕਟਡ ਘੋੜੀਆਂ ਦੂਸਰੇ ਰਾਊਂਡ ਦੇ ਵਿੱਚ ਆ ਗਈਆਂ ਔਰ ਫਿਰ ਇਹਨਾਂ ਦੇ ਵਿੱਚ ਫਾਈਨਲ ਕਰਾਂਗੇ। ਇਸ ਤੋਂ ਅਗਲਾ ਰਾਊਂਡ ਕੀ ਹੋਏਗਾ ਜਨਾਬ ਜੀ? ਇਸ ਤੋਂ ਅਗਲਾ ਰਾਊਂਡ ਇਹ ਹੁਣ ਤਕਰੀਬਨ 22 ਘੋੜੀਆਂ ਜਿਹੜੀਆਂ ਨੇ, 22 ਘੋੜੀਆਂ ਉਹ ਆਈਆਂ ਨੇ 52 ਦੇ ਵਿੱਚ 52 ਵਿੱਚ ਹਾਂਜੀ। ਇਹਨਾਂ ਨੂੰ ਅਸੀਂ ਵੇਖਾਂਗੇ। ਅੱਛਾ, ਇਹਨਾਂ ਦੇ ਵਿੱਚੋਂ ਫਿਰ ਟਾਪ 10 ਜਿਹੜੀਆਂ ਨੇ ਉਹ ਟਾਪ 10 ਕੱਢੋਗੇ? ਟਾਪ 10 ਦੇ ਵਿੱਚੋਂ ਫਿਰ ਫਸਟ ਸੈਕੰਡ ਥਰਡ ਫੋਰਥ, ਮਤਲਬ ਵਾਲੇ 2-3 ਰਾਊਂਡ ਹੈ ਨੇ ਪਿੱਛੇ। 35 34 40 36 35 34 40 36 35। ਦੂਸਰੇ ਰਾਊਂਡ ਦੀਆਂ 22 ਘੋੜੀਆਂ, ਮਾਸ਼ਾਅੱਲਾ ਦੂਸਰੇ ਰਾਊਂਡ ਦੀਆਂ 22 ਘੋੜੀਆਂ ਅੱਗੇ ਆ ਗਈਆਂ ਅਤੇ ਮਾਸ਼ਾਅੱਲਾ ਬੜੀ ਗੱਲ ਹੈ, ਬੜੀ ਗੱਲ।
32 ਨੰਬਰ ਹੈ, 22 ਘੋੜੀਆਂ ਸਿਲੈਕਟਡ ਨੇ 52 ਘੋੜੀਆਂ ਦੇ ਵਿੱਚੋਂ। ਮਾਸ਼ਾਅੱਲਾ ਜੱਜ ਸਾਹਿਬਾਨ ਬੜੇ ਅੱਛੇ ਤਰੀਕੇ ਨਾਲ ਮੈਨੇਜ ਕਰ ਰਹੇ ਨੇ ਔਰ ਪੁਆਇੰਟ ਸਕੋਰਿੰਗ ਕਰ ਰਹੇ ਨੇ। ਅਗਲੀ ਕਬੱਡੀ 40 ਫੋੜਿਆ ਪਾਰੇ ਕਬੱਡੀ 40 ਬੱਬਰ ਫੇਰਾ 40 ਸੁਪਰਾ ਪਾਰੇ ਕਬੱਡੀ ਅੱਜ ਕਬੱਡੀ ਪਾਰਿਆ ਹਲਕਾ ਛੁੱਟਿਆ ਔਰ ਅੱਜ ਪੂਰੀ ਕੰਮ ਕਰ ਰਹੀ ਹੈ ਗੁਰੂ ਗੁਜਰ ਸਾਹਿਬ ਦੂਸਰੇ ਰਾਉਂਡ ਦੀਆਂ ਅੱਗੇ ਆ ਚੁੱਕੀਆਂ ਔਰ ਬਾਈ ਗਜ਼ਨਫਰ ਘੋੜੀ ਨੰਬਰ 20 ਔਰ 26 ਮੁਕੇ ਲੈ ਕੇ ਆਏ ਜੀ, ਘੋੜੀ ਨੰਬਰ 20 ਔਰ 26 ਨੁਕਰੀ ਦੇ ਨਾਲ ਬੱਚਾ ਮੁਸ਼ਕਲ ਫੈਸਲੇ ਦਾ ਟਾਈਮ ਆ ਗਿਆ, ਬਹੁਤ ਮੁਸ਼ਕਲ ਫੈਸਲੇ ਦਾ ਲਾਸਟ ਰਾਊਂਡ ਸਟਾਰਟ, ਹਾਂ ਔਖੇ ਫੈਸਲੇ ਦਾ ਟਾਈਮ ਹੈ। ਮਾਸ਼ਾਅੱਲਾ ਜੀ, ਮੀਆਂ ਨਫੀਸ ਸਾਹਿਬ ਦੀ ਘੋੜੀ, ਮੀਆਂ ਨਫੀਸ ਸਮੁੰਦਰੀ ਵਾਲੇ, ਨੁਕਰੀਆਂ ਦਾ ਸ਼ੌਕ ਆ, ਸਾਰੇ ਹੀ ਨੁਕਰੀਆਂ ਦਾ ਸ਼ੌਕ, ਅਕਸਰ ਮੇਰੀ ਵੀਡੀਓ ਲੱਗਦੀ ਹੈ ਜੀ ਮੀਆਂ ਸਾਹਿਬ ਦੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਹਰ ਈਵੈਂਟ ਦੇ ਵਿੱਚ ਉਹਨਾਂ ਪਾਰਟੀਸਪੇਸ਼ਨ ਕੀਤੀ ਹੈ ਔਰ ਇਸ ਦਫ਼ਾ ਉਹਨਾਂ ਦੀ ਇੱਕ ਗੋੜੀ ਆਈ ਹੈ, ਪਿਛਲੇ ਈਵੈਂਟ ਜਿਤਨੇ ਵੀ ਐਨ ਹੋਏ ਨੇ ਉਹਦੇ ਵਿੱਚ ਦੋ ਤਿੰਨ ਗੋੜੀਆਂ ਹੋਈਆਂ, ਲੇਕਿਨ ਦੋ ਐਨ ਇਸ ਦਫ਼ਾ ਮੇਰੇ ਖਿਆਲ ਨਾਲ ਦੋ ਗੋੜੀਆਂ। ਬੜੇ ਜਜ਼ਬੇ ਦੇ ਨਾਲ ਪਾਰਟੀਸਪੇਟ ਕਰਦੇ ਨੇ ਔਰ ਬਕਾਇਦਾ ਤਿਆਰੀ ਹੁੰਦੀ ਹੈ ਜੀ। ਮਾਸ਼ਾਅੱਲਾ
ਮਾਸ਼ਾਅੱਲਾ ਬੜੇ ਮੁਸ਼ਕਿਲ ਫੈਸਲਾ ये जो बोरियां बाहर जा रही है ना किसान से ये राउंड मुकम्मल करके ये वापस नहीं जाएंगी ये बाहर आप ले जाएं अपने साए में ले जाएं बाहर यहाँ अंदर अंदर ले आएं आप अंदर ले आएं ये बोरियां इसी तरह टेंटों के नीचे रैंक के अंदर ही रहेंगी ਛੱਤੀਸ ਨੰਬਰ ਘੋੜੀ ਮਾਸ਼ਾ ਬਵੰਜਾ ਘੋੜੀਆਂ ਚੋਂ ਵੀਹ ਬਾਈ ਘੋੜੀਆਂ ਜਿਹੜੀਆਂ ਅੱਗੇ ਆਈਆਂ ਨੇ ਖੂਬਸੂਰਤ ਘੋੜੀ ਚਾਲੀ ਨੰਬਰ ਮਾਸ਼ਾਅੱਲਾ ਅਗਲੀ ਘੋੜੀ ਆ ਗਈ ਹੈ ਵਾਹ ਘੋੜੀ ਕਿਆ ਖੂਬਸੂਰਤੀ ਹੈ ਘੋੜੀ ਦੀ ਗਰਦਨ ਮਾਸ਼ਾਅੱਲਾ ਮਾਸ਼ਾਅੱਲਾ ਜੀ ਅਗਲੀ ਘੋੜੀ ਆ ਘੋੜੀ ਨੰਬਰ ਤਿੰਨ ਅਗਲੀ ਘੋੜੀ ਆ ਗਈ ਜਨਾਬ ਹਫਤਾ ਇਤਵਾਰ ਸੋਮਵਾਰ ਨੰਬਰ 111
9L ਜਹਾਨ ਖਾਨ ਪਾਕਿਸਤਾਨ ਰੋਡ ਸਹੀਵਾਲ ਜਿਹਦਾ ਵਾਲੇ ਨਾਮ ਦੇ ਨਾਲ 1 ਲੱਖ ਰੁਪਏ ਬਾਈ ਟਰਾਫੀ, ਦੂਸਰੇ ਨਾਮ 50,000 ਰੁਪਏ ਦੀ ਟਰਾਫੀ, ਤੀਸਰੇ ਨਾਮ ਰਾਊਂਡ ਵਾਈਜ਼ ਜੱਜਿੰਗ ਕਰ ਰਹੇ ਹਾਂ। ਕੋਈ ਵੀ ਪੌੜੀ ਕਿਸੇ ਵੀ ਵਕਤ ਜੱਜ ਸਾਹਿਬ ਰਿੰਗ ਮੈਂ ਬੁਲਾ ਸਕਦੇ ਹਾਂ, ਇਸ ਲਈ ਆਪ ਜਿਤਨੀ ਦੂਰ ਸੇ ਤਸ਼ਰੀਫ ਲਾਏ ਹੈ ਤੋ ਆਪ ਕੰਪਟੀਸ਼ਨ ਕੇ ਟਾਈਮ ਮੈਂ ਆਪ ਥੋੜ੍ਹਾ ਸਾ ਟਰਾਵਲ ਫਰਮਾਏ ਔਰ ਆਪਣੇ ਸਾਏ ਮੈਂ ਜਾਨਵਰ ਕੋ ਰੱਖ ਲੇ, ਜਬ ਅਨਾਊਂਸ ਕਰੇ ਤੋ ਆਪ ਅੰਦਰ ਤਸ਼ਰੀਫ ਲੈ, ਇਸਕੇ ਬਾਅਦ ਬਾਕਾਇਦਾ ਤਕਰੀਬ ਮੈਂ ਆਪ ਕੋ ਐਪਰੀਸੀਏਸ਼ਨ ਕਿਸੇ ਵਾਲੇ ਰੌਣਕ ਦੀ ਵੀ ਗੋਲੀ ਵਾਪਸ ਨਹੀਂ ਜਾਏਗਾ। ਇੱਕ ਇੱਕ ਕਦਮ ਕਦਮ ਗੋਲੀ ਕਦਮ ਕਦਮ ਬਸ ਤੇਰੇ ਜਨਾਬ ਇੱਜ਼ਤ ਮਾਪ ਕਾਬਲ ਇੱਜ਼ਤ ਜਨਾਬ ਹਲਾਲ ਇਮਤਿਆਜ਼ ਸਾਰਾ ਇਮਤਿਆਜ਼ ਪ੍ਰੋਫੈਸਰ ਡਾਕਟਰ ਇਕਰਾਰ ਅਹਿਮਦ ਖਾਨ ਸਾਹਿਬ ਕੁਛ ਲਮਹਾਤ ਬਾਅਦ ਸਾਡੇ ਵਿਚਕਾਰ ਮੌਜੂਦ ਹੋਣਗੇ ਔਰ ਜਨਾਬ ਮੈਂ ਦੇਖ ਰਿਹਾ ਪ੍ਰੋਫੈਸਰ ਪਰਵੇਜ ਅਖਤਰ ਸਾਹਿਬ ਔਰ ਇਸ ਵੇਲੇ ਇੰਟਰਨੈਸ਼ਨਲ ਕਬੱਡੀ ਅੰਪਾਇਰ ਮਾਸ਼ਾਅੱਲਾ ਜੀ ਸਾਰੀ ਗੋੜੀ ਕਿਆ ਅਫਰੀਕਾ ਤੋਂ ਯੂਸੀ ਫੈਸਲਾ ਗੋੜੀ ਦੀਆਂ ਬਰੇਕੀਆਂ ਇੱਕ ਬੱਚਾ ਆਪਣੀ ਮਾਂ ਤੋਂ ਪੁੱਛਦਾ ਰਹਿਣਾ ਸਾਹਿਬ ਇੱਕ ਬੱਚਾ ਆਪਣੀ ਮਾਂ ਤੋਂ ਪੁੱਛਦਾ ਇੱਕ ਬੱਚਾ ਆਪਣੀ ਮਾਂ ਤੋਂ ਪੁੱਛਦਾ ਮਾਂ ਪਾਣੀ ਕਿੱਥੇ ਮਾਂ ਤੈਨੂੰ ਛੁੱਟ ਪਾਣੀ ਘੜੇ ਤੋਂ ਤੇ ਘੜਾ ਕਿੱਥੇ ਘੜਾ ਘਰ ਤੋਂ ਘਰ ਕਿੱਥੇ ਘਰ ਅਮਰੀਕਾ ਤੋਂ ਯੂਨੀਵਰਸਿਟੀ ਦੇ ਰਸਤੇ ਅਮਰੀਕਾ ਤੋਂ ਯੂਨੀਵਰਸਿਟੀ ਕਿੱਥੇ ਅਮਰੀਕਾ ਤੋਂ ਯੂਨੀਵਰਸਿਟੀ ਫੈਸਲਾਬਾਦ ਔਰ ਜਨਾਬ ਐਸਟਰ ਗੁਣ ਸਾਹਿਬ ਔਰ ਜਨਾਬ ਡਾਕਟਰ ਹਰੂਨ ਜਮਾਨ ਸਾਹਿਬ ਇੱਕ ਦੋ ਤਿੰਨ ਚਾਰ ਪੰਜ ਸੌ ਹੀ ਬਣਦਾ ਜੀ ਦੋਸਤੋ 100 ਪੁਆਇੰਟ ਦਾ ਜਨਾਬ ਪਰਚਾ ਆਇਆ ਜੀ ਇਹਦੇ 'ਤੇ ਪੂਰਾ ਆਉਣਾ ਜ਼ਰੂਰੀ ਹੈ ਔਰ ਅੱਗੋਂ ਟੋਪ 10 ਆ ਗਈਆਂ ਜੀ ਯਕੀਨਨ ਇਹਦੇ ਵਿੱਚੋਂ ਫਸਟ ਸੈਕਿੰਡ ਥਰਡ ਸਾਹਮਣੇ ਆਏਗੀ ਮੌਜੂਦ ਨੇ ਸਮੁੰਦਰੀ ਚਿਕਸ ਵਾਲਿਆਂ ਦੇ ਹਰ ਕੰਪੀਟੀਸ਼ਨ ਦੇ ਵਿੱਚ ਹਿੱਸਾ ਔਰ ਅੱਛੀ ਤੋਂ ਅੱਛੀ ਗੋੜੀ ਇਹਨਾਂ ਲੱਭ ਕੇ ਲੈਣੀ ਆਉਂਦੀ ਹੈ ਆਪਣੇ ਸਟਾਰਟ ਵਾਸਤੇ ਨੁਕਰਿਆਂ ਦਾ ਬੜਾ ਬਿਹਤਰੀਨ ਸ਼ੌਕ ਜੈਸੇ 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 ਸਾਫ
ਟੌਪ 10 ਘੋੜੀਆਂ ਅੱਗੇ ਆ ਗਈਆਂ। ਚਿਸ਼ਤੀ ਸਾਹਿਬ ਆ ਗਏ, ਚਿਸ਼ਤੀ ਗੁੱਜਰ 94 ਜੀ। ਜਨਾਬ ਜਿਹੜੇ ਕਬੱਡੀ ਦੇ ਪਲੇਅਰ ਆਪਣੇ ਜਨਾਬ ਅੱਜ ਇਨਾਮ ਵਸੂਲ ਕਰਨਗੇ ਜੀ, 88 ਲੱਖ ਦੇ ਸ਼ਾਨਦਾਰ ਪ੍ਰਾਈਜ਼ ਇਨਸ਼ਾਅੱਲਾ ਜਨਾਬ ਕੋਈ ਦੇਰ ਤੋਂ ਬਾਅਦ ਤਸ਼ਰੀਫ ਲਿਆਉਣਗੇ। ਕਾਬਲੇ ਇਤਰਾਮ ਵਾਈਸ ਚਾਂਸਲਰ ਜ਼ਰੀ ਯੂਨੀਵਰਸਿਟੀ ਐਗਰੀਕਲਚਰ ਫੈਸਲਾਬਾਦ ਡਾਕਟਰ ਇਕਰਾਰ ਅਹਿਮਦ ਖਾਨ ਆਪਣੇ ਦਸਤੋਂ ਬਾਰਗਾਹ ਜਨਾਬ ਸੱਚੇ ਨਮਾਜ਼ ਫਰਮਾਉਣਗੇ ਜੀ।
ਕੁਰਬਾਨੀ ਵਿੱਚ ਸਜ਼ਾ ਨੂੰ ਦਰਿਆ ਮੁਕਾਏ ਜਿਹਨਾਂ ਕਈਆਂ ਤੱਕ ਮੇਰੀ ਆਵਾਜ਼ ਜਾ ਰਹੀ ਹੈ ਸਾਨੂੰ ਕਿੰਨੇ ਵੀ ਤੇ ਚੁਣੇ ਤੁਸੀਂ ਆਉਂਦੇ ਜਾਂਦੇ ਸਾਗਰ ਦੇ ਤੁਸੀਂ ਆਉਂਦੇ ਜਾਂਦੇ ਸਾਗਰ ਦੇ ਬਲਾਕ ਡਾਕਟਰ ਗਿਆ ਸਾਹਿਬ ਆਲਾ ਨੇ ਇਮਤਿਆਜ਼ ਸਾਰਾ ਇਮਤਿਆਜ਼ ਆ ਕਿੰਨਾ ਸੋਹਣਾ ਮੋੜਾ ਸਾਰਾ ਮੇਰਾ। ਅੱਛਾ ਦੋਸਤੋ, ਇਹ ਗੋੜੀਆਂ ਅੱਗੇ ਆਈਆਂ ਨੇ ਜਿਹਦੇ ਵਿੱਚ ਇੱਕ ਨੁਕਰੀ ਹੈ, ਬਾਕੀ ਕੁਛ ਖੁੱਲੀਆਂ, ਕੁਝ ਮੁਸ਼ਕੀਆਂ, ਕੁਛ ਸਾਵੀਆਂ ਗੋੜੀਆਂ। ਮਤਲਬ ਇਹ ਹੈ ਵੀ ਰੰਗ ਮੈਟਰ ਦੁਬਾਰਾ ਅਗੇਨ ਮੈਂ ਗੱਲ ਕਰਦਾ ਪਿਆ ਵੀ ਨਹੀਂ ਕਰਦਾ, ਗੋੜੀ ਦੇ ਵਿੱਚ ਸਾਹ ਸਾਥ ਵੀ ਆਉਣਾ ਜ਼ਰੂਰੀ ਹੈ, ਉਹ ਨੂਰ ਆਉਣਾ ਵੀ ਜ਼ਰੂਰੀ ਹੈ। ਕੋਈ ਕਮੀ ਨਹੀਂ, ਲੇਕਿਨ ਜੋ ਖੇਡ ਰਹੇ ਹੈ ਜਿਸ ਨੇ ਕੀਆ ਉਸਨੇ ਆਪਣੇ ਫੈਸਲਾ ਕੀਆ ਉਹ ਵੀ ਨਹੀਂ ਸਾਹ ਆਪੋ ਇੰਡੀਆ ਸਮੇਤ ਸਾਰਾ ਅਨਾਊਂਸਮੈਂਟ ਵੀ ਕਰੇਗੇ ਔਰ ਮੈਂ ਸਾਰੇ ਬੰਦਿਆਂ ਸੇ ਗੁਜ਼ਾਰਿਸ਼ ਕਰੂੰਗਾ ਕਿ ਹਰ ਇੱਕ ਜਾਨਵਰ ਬਹੁਤ ਅੱਛਾ ਹੈ ਤੋ ਇਹ ਕੰਪੀਟੀਸ਼ਨ ਕਾ ਮਾਹੌਲ ਹੋਤਾ ਹੈ ਉਸਕੋ ਓਪਨ ਹਾਰਟ ਸੇ ਖੁੱਲੇ ਦਿਲ ਸੇ ਕਬੂਲ ਕਰ ਰਹੇ ਹੈ। ਪਾਂਚੇ ਨੰਬਰ ਪੇ ਜੀ ਗੋੜੀ ਨੰਬਰ 31 ਨੰਬਰ ਘੋੜੀ ਅੱਗੇ ਲਿਆਓ ਜੀ ਇਸਕੇ ਹੈ ਜੀ 76 31 ਨੰਬਰ ਘੋੜੀ ਅੱਗੇ ਲਿਆਓ 31 ਨੰਬਰ ਮਾਸ਼ਾਅੱਲਾ ਜੀ 31 ਨੰਬਰ ਘੋੜੇ ਮੀਆਂ ਨਫੀਸ ਸਾਹਿਬ ਦੀ ਸਮੁੰਦਰੀ ਵਾਲਿਆਂ ਦੀ ਮੀਆਂ ਫੈਸਲ ਸਾਹਿਬ ਦੀ ਔਰ ਮੀਆਂ ਨਫੀਸ ਸਾਹਿਬ ਦੀ ਯਕੀਨਨ ਬੜੀ ਖੁਸ਼ੀ ਦੀ ਔਰ ਫਖਰ ਵਾਲੀ ਗੱਲ ਹੁੰਦੀ ਹੈ। ਬਹੁਤ ਖੂਬਸੂਰਤ ਗੋੜੀ, ਮਾਸ਼ਾ ਬਰਿੰਦਰ ਗੋੜੀ ਖੁਸ਼ੀ ਵਾਲਾ ਮੌਕਾ ਜੀ ਮਿਹਨਤ ਜ਼ੀਨਤ ਘੋੜੀ ਜ਼ਿਲ੍ਹਾ ਬਾਵਲ ਲਾਲਿਕਾ ਫੈਮਲੀ ਦੀ ਘੋੜੀ ਮਾਸ਼ਾਅੱਲਾ ਮੈਡਮ
ਨੂਰੇ ਨਜ਼ਰ ਗੋਰੀ ਨੂਰੇ ਨਜ਼ਰ ਗੋਰੀ ਫੈਸਲ ਸਾਹਿਬ ਫਰੋਮ ਜਾਮਰਾ ਮਾਸ਼ਾਅੱਲਾ ਮੁਬਾਰਕਬਾਦ ਮੁਬਾਰਕ ਹੋਵੇ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ ਬੜੇ ਅੱਛੇ ਫੈਸਲੇ ਜੀ ਕੋਈ ਸ਼ੱਕ ਨਹੀਂ ਯਕੀਨਨ ਇਹ ਇਵੈਂਟ ਤੁਸੀਂ ਕਾਮਯਾਬ ਕੀਤਾ ਜੀ ਅੱਜ ਦਾ ਹਾਂਜੀ ਮੁਕਾਬਲਾ ਹੁਸਨ ਘੋੜੀਆਂ ਵਿਨਰ ਘੋੜੀ 2024 ਐਗਰੀਕਲਚਰ ਯੂਨੀਵਰਸਿਟੀ ਫੈਸਲਾਬਾਦ ਵਾਹ ਭਾਈ ਵਾਹ ਹਾਂਜੀ ਦੋਸਤੋ ਮੁਕਾਬਲਾ ਹੁਸਨ ਵਿਨਰ ਘੋੜੀ ਜਨਾਬ ਪਿੰਡ ਚੋਂ ਟੀਮ ਵੱਲੋਂ ਜਨਾਬ ਸਾਰੀ ਟੀਮ ਵੱਲੋਂ ਮੁਬਾਰਕਬਾਦ ਹੈ ਗੁੱਜਰ ਬਰਾਦਰੀ ਨੂੰ ਗੁੱਜਰਾਂ ਦੀ ਘੋੜੀ ਮਾਸ਼ਾਅੱਲਾ ਵਿਨ ਹੋ ਗਈ ਹੈ ਸਾਡਾ ਭਾਈ ਵੀ ਖਲੋਤਾ ਨਦੀਮ ਗੁੱਜਰ ਹੈ ਜੀ ਅਤੇ ਅੱਜ ਦੇ ਮੁਕਾਬਲੇ ਦੀ ਵਿਨਰ ਘੋੜੀ ਹੈ ਔਰ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੱਲ੍ਹ ਜਾਂ ਪਰਸੋਂ ਇਹਨਾਂ ਕੋਲ ਜਾ ਕੇ ਇਹਨਾਂ ਦਾ ਸ਼ੌਕ ਵੀ ਵਿਖਾਉਂਦੇ ਹਾਂ ਔਰ ਇਹਨਾਂ ਦੇ ਮਾਮਲਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਹਾਂਜੀ ਦੋਸਤੋ ਮਾਸ਼ਾਅੱਲਾ ਦੂਸਰੇ ਨੰਬਰ ਸੈਕਿੰਡ ਨੰਬਰ ਦੇ ਉੱਤੇ ਘੋੜੀ ਜਿਹੜੀ ਆਈ ਹੈ ਨਾ ਜੀ ਲਾਲੇਕਾ ਫੈਮਿਲੀ ਹਰੂਨਾਬਾਦ ਔਰ ਮਾਸ਼ਾਅੱਲਾ ਖੂਬਸੂਰਤ ਘੋੜੀ ਔਰ ਸਭ ਤੋਂ ਵੱਡੀ ਖੁਸ਼ੀ ਜਿਹੜੀ ਸਾਨੂੰ ਹੋਈ ਹੈ ਨਾ ਜਨਾਬ ਦੀ ਇੱਥੇ ਤਸ਼ਰੀਫ ਆ ਰਹੀ ਹੈ ਯੂਨੀਵਰਸਿਟੀ ਇੰਤਜ਼ਾਮੀਆਂ ਵੱਲੋਂ ਦਾਵਤ ਦਿੱਤੀ ਗਈ ਔਰ ਤੁਸੀਂ ਆਏ ਹੋ ਸਾਡੇ ਵਾਸਤੇ ਖੁਸ਼ੀ ਦੀ ਗੱਲ ਇਹ ਹੈ ਵੀ ਵੱਡੇ ਬਰੀਡਰ ਆ ਗਏ ਨੇ ਹੁਣ ਇਹਦੇ ਵਿੱਚ ਅੱਗੇ ਕੁਛ ਨਵੇਂ ਦੋਸਤ ਆਉਂਦੇ ਸਨ ਪਰਸੋਂ ਘੋੜੀ ਲਈ ਹੈ ਮੁਕਾਬਲਾ ਉਸਨੇ ਜਾ ਗਿਆ ਅਤੇ ਹੁਣ ਸ਼ੌਕੀਨ ਆ ਗਏ ਨੇ ਇਨਸ਼ਾਅੱਲਾ ਇਵੈਂਟ ਵੀ ਅੱਛਾ ਹੋ ਜਾਏਗਾ ਔਰ ਮਾਸ਼ਾਅੱਲਾ ਬੜਾ ਬਿਹਤਰੀਨ ਮਾਸ਼ਾਅੱਲਾ ਜੀ